ਇਹ ਨਾਮ ਮਿਲਿਆ ਜੀ ਫਰੀ ਸੇਵਾ ਕਰਨ ਦਾ। ਜਿਹੜੇ ਬਿਮਾਰ ਹੁੰਦੇ ਨੇ ਪੇਸ਼ੈਂਟ, ਕਿਸੇ ਨੂੰ ਕੋਈ ਸਾਹ ਦੀ ਪ੍ਰੋਬਲਮ ਆ ਗਈ, ਕਿਸੇ ਸੱਟ ਫੇਟ ਵੱਜਦੀ, ਉਹਨਾਂ ਦਾ ਇਲਾਜ ਕਰਦੇ ਨੇ ਬਾਈ ਫਰੀ ਮੈਡੀਕਲ ਕੈਂਪ ਜਿਹੜਾ ਲਾਉਂਦੇ ਨੇ। ਭਾਵੇਂ ਪੁਲਿਸ ਵਾਲਾ ਆ ਜਾਵੇ, ਭਾਵੇਂ ਕਿਸਾਨ ਆ ਜਾਣ, ਕੋਈ ਵੀ ਆ ਜਾਣ, ਭੇਦਭਾਵ ਨਹੀਂ ਕਰਦੇ, ਪਰ ਉਹਨਾਂ ਦੇ ਨਾਲ ਭੇਦਭਾਵ ਜ਼ਰੂਰ ਹੋਇਆ। ਦੇਖੋ ਉਹਨਾਂ ਦੀ ਗੱਡੀ ਵੀ ਤੋੜ ਦਿੱਤੀ ਗਈ। ਬਿਲਕੁਲ ਜੀ। ਕੀ ਇਹ ਹਾਲ ਦੇਖ ਕੇ, ਇਹ ਹਾਲਾਤ ਦੇਖ ਕੇ ਤੁਸੀਂ ਕਹਿ ਦੋਗੇ ਅਸੀਂ ਆਜ਼ਾਦ ਹਾਂ? ਜਦ ਮੈਡੀਕਲ ਕੈਂਪ ਲਾਉਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ, ਆਮ ਲੋਕਾਂ ਨੂੰ ਕਿਵੇਂ ਬਖਸ਼ਿਆ ਜਾਊਗਾ? ਉਹਨਾਂ ਦੇ ਜਿਹੜੇ ਵਲੰਟੀਅਰ ਨੇ ਵੀਰ ਕੰਮ ਕਰਦੇ ਨੇ, ਜਿਹਨਾਂ ਨੂੰ ਆਪਾਂ ਡਾਕਟਰ ਵੀ ਕਹਿ ਸਕਦੇ ਹਾਂ, ਉਹਨਾਂ 'ਤੇ ਵੀ ਹੱਥੋਂ ਪਾਈ ਕੀਤੀ ਗਈ, ਉਹਨਾਂ ਨੂੰ ਵੀ ਮਾਰਿਆ ਗਿਆ, ਸੱਟਾਂ ਵੱਜੀਆਂ। ਮੈਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦਿਖਾਇਆ ਸੀਗਾ, ਆਓ ਤੁਹਾਨੂੰ ਦਿਖਾਉਣਾ ਚਾਹਾਂਗੇ ਜ਼ਰੂਰ ਹਾਲਾਤ ਲਾਗੇ। ਆਓ ਥੋੜ੍ਹਾ ਜਿਹਾ ਜੀ, ਆਹ ਦੇਖੋ, ਆਹ ਸਾਰੀ ਗੱਡੀ ਤੋੜੀ ਗਈ ਹੈ, ਸ਼ੀਸ਼ੇ ਭੰਨ ਦਿੱਤੇ ਗਏ, ਆਹ ਦੇਖੋ ਤੁਸੀਂ। ਮੰਨ ਲੈਂਦੇ ਹਾਂ ਕਿ ਤੁਹਾਡੀ ਕਿਸਾਨਾਂ ਨਾਲ ਕੋਈ ਦੁਸ਼ਮਣੀ ਹੈ, ਮੰਨ ਲੈਂਦੇ ਹਾਂ। ਇਹਨਾਂ ਦੇ ਨਾਲ ਕੀ ਦੁਸ਼ਮਣੀ ਸੀ, ਮੰਨ ਲੈਂਦੇ ਹਾਂ ਉਹਨਾਂ ਦਾ ਦੁਸ਼ਮਣੀ ਸੀ, ਇਹਨਾਂ ਦੇ ਨਾਲ ਕੀ ਦੁਸ਼ਮਣੀ ਸੀ? ਆਹ ਡਾਕਟਰ ਸਵੇ ਮਾਨ ਸਿੰਘ USA ਵਾਲੇ, ਇਹ ਤਾਂ ਵਧੀਆ ਸੇਵਾ ਕਰ ਰਹੇ ਨੇ। ਡਾਕਟਰ ਨੂੰ ਤਾਂ ਰੱਬ ਦਾ ਦੂਜਾ ਰੂਪ ਦੱਸਿਆ ਜਾਂਦਾ ਹੈ, ਇਹਨਾਂ ਨੇ ਰੱਬ 'ਤੇ ਹਮਲਾ ਕਰਤਾ। ਹੈਂਜੀ, ਆਹ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ, ਦੇਖੋ ਇਹਨਾਂ ਨੂੰ। ਔਰ ਆਹ ਜਿਹੜੀ ਸੇਵਾ ਕਰ ਰਹੇ ਨੇ ਨਾ ਬਾਈ ਜੀ, ਇਹ ਸੇਵਾ ਕਰਨ ਦਾ ਇਹ ਨਾਮ। ਬਾਈ ਜੀ ਹੁਣ ਇੱਥੇ ਸੇਵਾ ਨਿਭਾਉਂਦੇ ਨੇ ਕਾਫੀ ਲੰਬੇ ਸਮੇਂ ਤੋਂ, ਜਦ ਉਹਦਾ ਇਕੱਲਾ ਇੱਥੇ ਹੀ ਨਹੀਂ ਹੈ, ਇਹਨਾਂ ਦਾ ਜਿਹੜਾ ਕੈਂਪ ਹੈ ਇਹ ਸੰਘੂ ਬਾਰਡਰ ਵੀ ਹੈ, ਸਿੰਧੂ ਬਾਰਡਰ ਜਿਹੜਾ ਉੱਥੇ ਵੀ ਕੈਂਪ ਲੱਗਿਆ ਹੋਇਆ, ਔਰ ਇਸ ਪਾਸੇ ਵੀ ਕੈਂਪ ਲੱਗਿਆ ਹੋਇਆ। ਠੀਕ ਹੈ ਜੀ, ਦਵਾਈਆਂ ਜਿਹੜੀ ਇਹਨਾਂ ਦੀ ਸੀ ਨਾ, ਇਹ ਸਾਰੀ ਦਵਾਈਆਂ ਉਸ ਸਮੇਂ ਗੇਰਦ ਗਏ ਸੀਗੇ, ਜਿਹੜੇ ਇੱਥੇ ਵਲੰਟੀਅਰ ਸੇਵਾ ਕਰਦੇ ਸੀ ਉਹਨਾਂ ਨੂੰ ਵੀ ਕੁੱਟਿਆ ਗਿਆ ਸੀਗਾ। ਸੋ ਇਹ ਹਾਲਾਤ ਹੋਏ ਸੀਗੇ। ਬਾਈ ਜੀ ਹੁਣੀ ਹੈਗੇ ਨੇ ਅਤੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੱਟ ਕਦੋਂ ਵੱਜੀ ਬਾਈ? ਪਰਸੋਂ ਜਿਹੜਾ ਹੋਇਆ ਸੀ, ਛਰਲਾ ਵੱਜਾ। ਠੀਕ ਹੈ। ਸੋ ਇਹ ਦੇਖੋ ਆਹ ਸੇਵਾ ਕਰ ਰਹੇ ਨੇ ਵੀਰ ਜੀ। ਠੀਕ ਹੈ ਜੀ, ਇਹਨਾਂ ਨੇ ਛਰਲਾ ਵੱਜਿਆ ਸੀਗਾ ਪਰਸੋਂ ਦੀ ਇਹ ਘਟਨਾ ਜਿਹੜੀ ਵਾਪਰੀ ਸੀ ਉਹਦੇ ਵਿੱਚ, ਅਤੇ ਇਹ ਸੇਵਾ ਕਰਨ ਦਾ ਇਹ ਨਾਮ ਤੁਹਾਨੂੰ ਸਾਰਾ ਦਿਖਾਇਆ ਸੀ। ਇਹਨਾਂ ਦੀ ਗੱਡੀ ਵੀ ਤੋੜ ਦਿੱਤੀ ਗਈ, ਇਹ ਤਾਂ ਸੇਵਾ ਹੀ ਕਰਦੇ ਸੀ, ਇਹ ਤਾਂ ਨਹੀਂ ਕਿਸੇ ਨੇ ਮਾੜਾ ਕਰਦੇ, ਡਾਕਟਰ ਜਿਹੜੇ ਨੇ ਰੱਬ ਦਾ ਦੂਜਾ ਰੂਪ ਦੱਸਿਆ ਜਾਂਦਾ ਜੀ। ਅਤੇ ਫਿਰ ਤੁਸੀਂ ਦੇਖੋ, ਔਰ ਇਹ ਵੀਰ ਅਜੇ ਵੀ ਡਟੇ ਹੋਏ ਨੇ, ਦੇਖੋ ਇਹ ਇਹਨਾਂ ਦੀ ਹਿੰਮਤ ਹੈ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਡਟੇ ਹੋਏ ਨੇ। ਕੁਛ ਵੀਰ ਨੇ ਗੱਲਬਾਤ ਵੀ ਕਰਦੇ ਹਾਂ ਇਹਨਾਂ ਨਾਲ। ਵੀਰ ਜੀ, ਆਪ ਡਾਕਟਰ ਨੂੰ ਦੂਜਾ ਰੂਪ ਦੱਸਿਆ ਜਾਂਦਾ ਰੱਬ ਦਾ ਜੀ, ਅਤੇ ਇਹਨਾਂ ਨੇ ਰੱਬ ਨੂੰ ਵੀ ਨਹੀਂ ਬਖਸ਼ਿਆ ਜੀ। ਹੁਣ ਆਪਾਂ ਤਾਂ ਇੱਥੇ ਬੈਠੇ ਸੀਗੇ ਕਿ ਆਪਣਾ ਜਿਵੇਂ ਕਹਿ ਸਕਦੇ ਹਾਂ ਕਿ ਭਾਵੇਂ ਆਪਦਾ ਜ਼ਖਮੀ ਹੋਵੇ ਭਾਵੇਂ ਕਿਸੇ ਦਾ ਹੋਵੇ, ਆਪਾਂ ਤਾਂ ਪੱਟੀਆਂ ਕਰਨ ਨੂੰ ਬੈਠੇ ਸੀ। ਬਿਲਕੁਲ, ਜਦੋਂ ਇੱਥੇ ਆਏ ਸਾਡੇ ਵੀਰ ਇੱਥੇ ਉਹ ਚੈੱਕਅਪ ਕਰਾਉਣ ਗਏ ਹੋਏ, ਆਪਦੇ ਉੱਤੇ ਪੇਨ ਬਹੁਤ ਜ਼ਿਆਦਾ ਹੋ ਰਹੀ ਸੀ ਅੱਜ, ਅਤੇ ਉਹ ਬਜ਼ੁਰਗ ਦੇ ਹੀ ਪੱਟੀਆਂ ਕਰ ਰਹੇ ਸੀਗੇ, ਅਤੇ ਬਕਾਇਦਾ ਉਹਨੂੰ ਕੁੱਟਿਆ, ਬਜ਼ੁਰਗ ਵਿਚਾਰੇ ਨੂੰ ਲੱਤ ਮਾਰ ਕੇ ਮੇਜ਼ ਤੋਂ ਥੱਲੇ ਸਿੱਟਿਆ ਗਿਆ ਜੀ, ਗੱਡੀ ਸਾਰੀ ਤੋੜ ਦਿੱਤੀ ਗਈ ਜੀ। ਉੱਥੇ ਲਿਖਿਆ ਬਕਾਇਦਾ ਫ੍ਰੀ ਮੈਡੀਕਲ ਕੰਮ, ਮੰਨ ਲੈਣਾ ਪੰਜਾਬੀ ਨਹੀਂ ਆਉਂਦੀ, ਇੰਗਲਿਸ਼ ਵੀ ਤਾਂ ਪੜ੍ਹ ਸਕਦੇ ਨੇ। ਹਾਂਜੀ, ਕੀ ਕਹਿਣਾ ਚਾਹੋਗੇ ਕਿ ਇੰਨੀ ਨਫ਼ਰਤ ਉਹਨਾਂ ਅੰਦਰ ਕਿਉਂ ਭਰੀ ਹੋਈ ਹੈ ਕਿ ਉਹ ਮੈਡੀਕਲ ਕੈਂਪ ਵਾਲੇ ਨੂੰ ਵੀ ਬਰਦਾਸ਼ਤ ਨਹੀਂ ਕਰਦਾ? ਕੀ ਲੱਗਦਾ ਆਪ ਜੀ ਦੇ ਹਿਸਾਬ ਨਾਲ ਜੀ? ਆਪਾਂ ਨੂੰ ਤਾਂ ਇਹੋ ਜਿਹਾ ਮਾਹੌਲ ਆਪਾਂ 26 ਵੇਲੇ ਵੀ ਨਹੀਂ ਅਸੀਂ ਵੇਖਿਆ, 26 ਜਨਵਰੀ ਉੱਥੇ ਪਿਛਲੇ ਬਾਰਡਰ 'ਤੇ ਉੱਥੇ ਵੀ ਨਹੀਂ ਵੇਖਿਆ, ਅਤੇ ਤੁਸੀਂ ਹੁਣ ਵੇਖ ਸਕਦੇ ਹੋ ਕਿ ਜੋ ਹਾਲ ਇੱਥੇ ਸੀਗਾ, ਕਿ ਤੁਸੀਂ ਕਹਿ ਦਿਓ ਕਿ ਜਿਵੇਂ ਆਪਾਂ ਕਹਿ ਦਿੰਦੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਵਾਰ ਲੱਗੀ ਹੋਵੇ ਉਹ ਹਿਸਾਬ ਬਣਿਆ ਹੋਇਆ ਸੀ।